ਬੱਕਰੀ ਆਪਣੀ ਕ੍ਰੋਸ ਹੋ ਜਾਂਦੀ ਆ ਤਾਂ ਆਪਾਂ ਉਹ ਕਿਵੇਂ ਚੈੱਕ ਕਰ ਸਕਦੇ ਆ ਵੀ ਉਹ ਗੱਭਣ ਹੈਗੀ ਆ ਜਾਂ ਨਹੀਂ ਹੈਗੀ? ਲਗਭਗ 3 ਮਹੀਨੇ ਪਲੱਸ ਹੀ ਹੋ ਗਏ ਕ੍ਰੋਸ ਹੋਏ ਨੂੰ। ਠੀਕ ਹੈ, ਠੀਕ ਆ। ਤੇ ਬੀਟਰ ਬੱਕਰੀ ਆ ਤੇ ਇਹਦੇ ਮਤਲਬ ਦੇਖੋ ਤੁਸੀਂ ਹੁਣ ਪੇਟ ਹੀ ਭਾਰਾ ਹੋ ਗਿਆ ਇਹਦਾ। ਹਾਂ, ਦੇਖੋ ਸਾਰੇ ਜੱਜਮੈਂਟ ਹੁੰਦੀ ਆ ਜਦੋਂ ਚੱਕ ਕੇ ਦੇਖੋਗੇ। ਹਾਂ, ਆ ਇਹਦਾ ਹੱਥ ਦੇ ਵਿੱਚ ਬੱਚੇ ਉਵੇਂ ਇੱਕ ਦਿਸ ਰਹੇ ਨੇ। ਠੀਕ ਆ, ਇਹ ਬੰਦਾ ਇਹ ਜਿਹੜਾ ਜਾਣਕਾਰੀ ਆ, ਹਾਂ ਐਕਸਪਰਟ ਆ, ਉਹ ਜੱਜਮੈਂਟ ਕਰ ਸਕਦਾ ਗਾ ਜਿਹੜਾ ਮਤਲਬ ਬੰਦਾ ਨਿਊ ਬੰਦਾ ਗਾ, ਉਹ ਹੋ ਸਕਦਾ ਇਸ ਚੀਜ਼ ਦੇ ਵਿੱਚ ਜੱਜਮੈਂਟ ਕਰਨੀ ਥੋੜੀ ਜੀ ਔਖੀ ਲੱਗੇ। ਪਰ ਜਿਹੜਾ ਬੱਕਰੀ ਪਾਲਣ ਕਿੱਤਾ ਕਰ ਰਿਹਾ ਕਈ ਸਾਲਾਂ ਤੋਂ, ਉਹ ਜੱਜਮੈਂਟ ਆਰਾਮ ਨਾਲ ਮਤਲਬ ਤਰੀਕੇ ਦੇ ਨਾਲ ਉਹ ਕਰ ਸਕਦਾ ਗਾ ਕਿ ਬੱਕਰੀ ਆਪਣੀ ਗੱਭਣ ਆ। ਦੁਬਾਰੇ ਦੱਸਿਓ ਕਿਵੇਂ ਹੱਥ ਕਿਵੇਂ ਕਰਦੇ? ਜਿਵੇਂ ਇਹਦੇ ਪਰ ਥੱਲੇ ਇੱਥੋਂ ਤਾਂ ਪੇਟ ਦਾ ਐਂ ਤਾਂ ਚੱਕ ਲਓ। ਠੀਕ ਹੈ, ਇੱਥੇ ਇੱਥੇ ਤੁਹਾਨੂੰ ਦਿਸਣਗੇ ਇਹਦੇ, ਜਦੋਂ ਐਂ ਟੋਕੇ ਦੇਖੋਗੇ ਤੁਹਾਨੂੰ ਬੱਚੇ ਦਾ ਪਤਾ ਲੱਗੂਗਾ। ਠੀਕ ਹੈ, ਠੀਕ ਹੈ ਜੀ, ਆਟੋਮੈਟਿਕ ਪਤਾ ਲੱਗਦਾ ਇੱਥੋਂ ਆਪਾਂ ਨੂੰ। ਤੇ ਇਹ ਤਰੀਕਾ ਗਾ ਹੱਥ ਲਾ ਕੇ ਟੱਚ ਕਰਨ ਦਾ, ਇਹ ਹੱਥ ਲਾ ਕੇ, ਹਾਂ ਵੀ ਹੱਥ ਲਾ ਕੇ ਆਪਾਂ ਬੱਕਰੀ ਨੂੰ ਕਿਵੇਂ ਭਾਰ ਢੋ ਸਕਦੇ ਹਾਂ ਦੇਖ ਸਕਦੇ ਹਾਂ। ਉਸ ਤੋਂ ਬਾਅਦ ਦੂਸਰਾ ਤਰੀਕਾ